ਜਲੰਧਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਹੰਸਰਾਜ ਹੰਸ ਵੋਟ ਪਾਉਣ ਦੇ ਲਈ ਪਹੁੰਚੇ ਨੇ। ਬੀਜੇਪੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਹੰਸਰਾਜ ਹੰਸ ਨੂੰ। ਦੱਸ ਦਈਏ ਕਿ ਪ੍ਰਸਿੱਧ ਗਾਇਕ ਨੇ ਹੰਸਰਾਜ ਹੰਸ, ਆਪਣੇ ਆਪ ਦੇ ਵਿੱਚ ਇੱਕ ਮਹਾਨ ਸ਼ਖਸੀਅਤ ਨੇ, ਇੱਕ ਮਹਾਨ ਮਹੱਤਵ ਰੱਖਦੇ ਨੇ ਗਾਇਕੀ ਦੇ ਵਿੱਚ। ਤਾਂ ਇਹ ਤਸਵੀਰਾਂ ਲਗਾਤਾਰ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਆਪਣਾ ਮੌਲਿਕ ਅਧਿਕਾਰ ਆਪਣੇ ਵੋਟ ਪਾਉਣ ਦੇ ਲਈ ਪਹੁੰਚੇ ਨੇ, ਜਿੱਥੇ ਕਿ ਉਹਨਾਂ ਦੇ ਵੱਲੋਂ ਵੋਟ ਪਾਈ ਗਈ। ਅਤੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਪਣੇ ਵੋਟਿੰਗ ਅਧਿਕਾਰ ਅਤੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਅਪੀਲ ਕੀਤੀ ਹੈ। ਤਾਂ ਲਾਈਵ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ। ਮੇਰਾ ਹਲਕਾ ਤਾਂ ਫਰੀਦਕੋਟ ਹੈ ਬਾਬਾ ਜੀ, ਬਾਬਾ ਫਰੀਦ ਗੰਜੇ ਸ਼ਕਰ ਦਾ ਸ਼ਹਿਰ। ਉੱਥੇ ਮੈਂ ਸਾਰੇ ਬੂਥਾਂ 'ਤੇ ਜਾ ਰਿਹਾ, ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ। ਬਹੁਤ ਜਲਦੀ ਫਰੀਦਕੋਟ ਵਾਸੀਆਂ ਨੂੰ, ਭੈਣਾਂ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਘਰਾਂ ਤੋਂ ਨਿਕਲੋ, ਬਿਨਾਂ ਕਿਸੇ ਡਰ ਖੌਫ ਦੇ ਵੋਟਿੰਗ ਕਰੋ। ਕਮਲ ਦੇ ਫੁੱਲ ਵਾਲਾ ਬਟਨ ਦਬਾਓ, ਆਪਣੇ ਭਾਈ ਨੂੰ ਕਾਮਯਾਬ ਕਰੋ, ਹੰਸਰਾਜ ਹੰਸ ਨੂੰ। ਜਲੰਧਰ ਵਿੱਚ ਰਿੰਕੂ ਅਟਵਾਲ ਸਾਹਿਬ ਨੂੰ ਵੋਟਿੰਗ ਕਰੋ, ਔਰ ਪੂਰੇ ਪੰਜਾਬ 'ਚ ਕਮਲ ਦਾ ਫੁੱਲ ਖਿਲਣਾ ਚਾਹੀਦਾ। ਤੁਸੀਂ ਕਹਿ ਰਹੇ ਹੋ ਕਿ ਭਈ ਦਿੱਕਤਾਂ ਦਾ ਸਾਹਮਣਾ ਕਾਫੀ ਕਰਨਾ ਪਿਆ, ਕਿਹੋ ਜਿਹੀਆਂ ਦਿੱਕਤਾਂ ਰਹੀਆਂ? ਮੈਂ ਦੱਸ ਨਹੀਂ ਸਕਦਾ, ਮੇਰੇ ਕੋਲ ਲਫ਼ਜ਼ ਨਹੀਂ। ਅੱਜ ਨਹੀਂ ਫਿਰ ਕਿਤੇ ਗੱਲ ਕਰਾਂਗੇ। ਮੇਰੀ ਬਸ ਇੱਕੋ ਹੀ ਆ ਕਿ ਸ਼ੁਕਰ ਹੈ ਮਾਲਕ ਦਾ, ਅੱਜ ਤੱਕ ਠੀਕ ਹੋ ਗਿਆ। ਕੱਲ ਬੂਥ, ਪੋਲਿੰਗ ਬੂਥ ਵਗੈਰਾ ਵੀ ਤੋੜ ਦਿੱਤੇ ਗਏ ਸੀ, ਥੋੜ੍ਹਾ ਖੌਫ 'ਚ ਆਏ ਸੀ, ਲੇਕਿਨ ਪ੍ਰਸ਼ਾਸਨ ਨੇ, ਇਲੈਕਸ਼ਨ ਕਮਿਸ਼ਨ ਦਾ ਥੈਂਕ ਯੂ, ਉਹਨਾਂ ਨੇ ਸੰਭਾਲ ਲਿਆ ਸਾਰਾ ਕੁਛ। ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ, ਲੇਕਿਨ ਮੁਹੱਬਤ ਨਾਲ ਰਹਿਣਾ, ਪਿਆਰ ਨਾਲ ਰਹਿਣਾ। ਕੋਈ ਭਾਈ ਗੁੱਸੇ 'ਚ ਵੀ ਆ, ਤੁਸੀਂ ਗੁੱਸੇ ਵਿੱਚ ਨਹੀਂ ਆਉਣਾ। ਹਲਕਾ ਫਰੀਦਕੋਟ ਦੇ ਵਾਸੀਓ, ਮੈਂ ਇਕੱਲੀ ਜਗ੍ਹਾ ਹੁਣੇ ਇੱਥੋਂ ਭੱਜ ਰਿਹਾ, ਜਲੰਧਰੋਂ ਵੋਟਿੰਗ ਹੋ ਗਈ ਆ ਮੇਰੀ। ਪਹਿਲਾਂ ਵੀ ਸਵੇਰੇ ਵੀ ਮੈਂ ਗੇੜਾ ਮਾਰ ਕੇ ਗਿਆ, ਇੱਕ ਇੱਕ ਬੂਥ 'ਤੇ ਮੈਂ ਤੁਹਾਡੇ ਦਰਸ਼ਨ ਕਰਨ ਆ ਰਿਹਾ। ਲੇਕਿਨ ਜਲਦੀ ਘਰਾਂ ਤੋਂ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ, ਔਰ ਮਾਲ ਵਿੱਚ ਕਮਲ ਦਾ ਫੁੱਲ ਖਿੜਨਾ ਚਾਹੀਦਾ। ਅੱਜ ਤਾਂ ਥੋੜ੍ਹਾ ਮੌਸਮ ਠੀਕ ਆ, ਥੋੜ੍ਹਾ ਡਾਊਨ ਆ, ਔਰ ਜਿੱਦਾਂ ਜਿੱਦਾਂ ਨਿਕਲਣਗੇ ਉੱਦਾਂ ਉੱਦਾਂ ਠੰਡੀ ਠੰਡੀ ਹਵਾ ਚੱਲੂਗੀ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ? ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਵੋਟਿੰਗ ਕਰੋ, ਤੀਜੀ ਵਾਰੀ NDA ਦੀ ਸਰਕਾਰ ਬਣਾਓ, ਔਰ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰ ਭਾਈ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਓ।